अच्छा 41 चाक डोगर वाली उस्ताद जी, उत्थे माशाल्लाह पूरे कह लो गए पाकिस्तान दे बड़े बड़े शिकारी उत्थे उस्ताद जी कट्ठे होंदे आ, दो तीन साल तो उत्थे काफी ज्यादा शौक आ, ते अल्लाह पाक गां भी इदां ही अगे भी शौक वधदा रहे, साडी दुआ वा। उत्थे उस्ताद जी तुसी हुण जिहड़े आ किन्ने उत्थे बच्चे तुसी भिजा ले आ? 2024 दे दो बच्चे मैं अपने घरों भेजे हुण। अच्छा जी, ते कोई सदब भी लै गया, 15-16 बच्चे भेजे असीं उत्थे। अच्छा जी, हुण मुंडा उत्थे भजा रहा वा, जगह लई आ उत्थे। अच्छा जी, ते गेड़े गुड़े पवा रहे इंशाल्लाह तआला, अल्लाह बेहतर करेगा, दुआ करिए सारे भरावां दी दुआवां नाल। हां जी, ते उस तो हट के कोई 2024 ਵਿੱਚ ਹੋਰ ਕਿਤੇ ਉਸਤਾਦ ਜੀ ਹੋਰ ਕਾਫੀ ਜਿੱਥੇ ਵੀ ਕੋਈ ਐਂਟਰੀਆਂ ਹੋਈਆਂ ਆਪਾਂ ਲਵਾਂਗੇ ਇਨਸ਼ਾਅੱਲਾ। ਕੋਈ ਸਾਡੇ ਦੇਖਣ ਵਾਲਿਆਂ ਨੂੰ ਕੋਈ ਅੱਛਾ ਜਿਹਾ ਮੈਸੇਜ ਕਿ ਸ਼ੌਕ ਕਿੱਦਾਂ ਕਰਨਾ ਚਾਹੀਦਾ ਵੀਰਾਂ ਨੂੰ? ਮੈਸੇਜ ਤਾਂ ਇਹ ਆ ਵੀ ਆਪਣੇ ਉਸਤਾਦ ਦੀ ਇੱਜ਼ਤ ਕਰੋ। ਅੱਛਾ ਜੀ, ਤੇ ਉਸਤਾਦ ਦਾ ਇਤਰਾਮ ਕਰੋ, ਇਨਸ਼ਾਅੱਲਾ ਫੈਜ਼ ਅੱਲਾਹ ਪਾਕ ਨੇ ਦੇਣਾ। ਅੱਛਾ ਜੀ, ਕਹਿੰਦੇ ਨੇ ਬੇਅਦਬ ਬੇਮਰਾਦ, ਹਾਂਜੀ ਬਾਦ ਬਾਮਰਾਦ ਬਾਮਰਾਦ, ਜਿਹੜੇ ਲੋਕ ਆਪਣੇ ਉਸਤਾਦਾਂ ਨੂੰ ਛੱਡ ਜਾਂਦੇ ਆ ਕਿਤੇ ਹੋਰ ਪਾਸੇ ਤੁਰ ਪੈਂਦੇ, ਉਹ ਕਦੀ ਕਾਮਯਾਬ ਨਹੀਂ ਹੁੰਦੇ, ਨਾ ਮੈਂ ਅਸੀਂ ਹੁੰਦੇ ਦੇਖੇ ਆ। ਕਿਉਂ ਸਾਜਿਦ ਭਾਈ? ਉਸਤਾਦ ਕੋਈ ਵੀ ਹੈ ਨਾ, ਕਿਸੇ ਵੀ ਫੀਲਡ ਦਾ ਵਾ। ਹਾਂਜੀ, ਆਪਾਂ ਸਕੂਲ ਚ ਪੜ੍ਹਦੇ ਹਾਂ, ਹਾਂਜੀ, ਅਗਰ ਬੱਚਾ ਆਪਣੇ ਉਸਤਾਦ ਦਾ ਕਹਿਣੇ ਕਰ ਲੈਕ ਹੋਊਗਾ, ਹਾਂਜੀ, ਇਹਨੇ ਸਬਕ ਨਹੀਂ ਯਾਦ ਕਰਨਾ, ਉਹ ਮੁੜ ਕੇ ਤੁਹਾਨੂੰ ਪਤਾ ਹੀ ਧੱਕੇ ਕਹਿੰਦੇ। ਹਾਂਜੀ, ਜਿਹੜੇ ਮੰਨਦੇ ਪੜ੍ਹਦੇ ਆ, ਅੱਜ ਅਫਸਰ ਲੱਗੇ ਆ। ਅੱਛਾ, ਸਾਡੇ ਦੇਖਣ ਦੇ ਮੈਂ ਦੋਸਤ ਆ ਮੇਰੇ, ਕੋਈ ਐਸੇ ਜਿਹੜੇ ਕੋਈ ਨਹੀਂ ਉਸਤਾਦਾਂ ਦਾ ਅਦਬ ਨਹੀਂ ਸੀ ਕਰਦੇ, ਹਾਂਜੀ, ਅੱਜ ਲੂਮਾਂ ਚ ਲਾਉਂਦੇ। ਹਾਂਜੀ, ਜਿਹੜੇ ਅਦਬ ਕਰਦੇ ਸੀ, ਉਹ ਕੋਈ ਫੌਜ ਚ ਗਿਆ ਵਾ, ਕੋਈ ਪੁਲਿਸ ਚ ਲੱਗਾ, ਕੋਈ ਕਿੱਥੇ ਲੱਗਾ। ਹਾਂਜੀ, ਅੱਲਾ ਨੇ ਇੱਜ਼ਤ ਦਿੱਤੀ ਉਹਨਾਂ ਨੂੰ। ਬਿਲਕੁਲ ਜੀ ਦੋਸਤੋ, ਮਾਸ਼ਾਅੱਲਾ ਉਸਤਾਦ ਨੇ ਬਹੁਤ ਅੱਛੀ ਗੱਲ ਕਹੀ ਆ, ਉਸਤਾਦ ਹੁਣਾਂ ਨੇ ਅੱਜ ਇੱਜ਼ਤ ਕੀਤੀ ਆ, ਤੇ ਉਸਤਾਦ ਹੁਣਾਂ ਦਾ ਮਾਸ਼ਾਅੱਲਾ ਇੱਕ ਫੈਸਲਾਬਾਦ ਦੀ ਧਰਤੀ ਦੇ ਉੱਤੇ ਨਾਮ ਆ, ਜਿਹਨੂੰ ਦੋਸਤੋ ਨਾਂ ਕਹਿੰਦੇ ਆ। ਤੇ ਮਾਸ਼ਾਅੱਲਾ ਉਸਤਾਦ ਹੁਣਾਂ ਤੋਂ ਕੁਝ ਸਿੱਖੋ ਕਿ ਜਿੱਦਾਂ ਉਸਤਾਦ ਹੁਣਾਂ ਨੇ ਕਿਹਾ ਬਿਲਕੁਲ ਠੀਕ ਆ ਵਾ, ਕਿ ਉਸਤਾਦ ਦੀ ਕਦਰ ਕਰੋਗੇ ਤੇ ਦੁਨੀਆ ਤੁਹਾਨੂੰ ਯਾਦ ਕਰੂਗੀ, ਰਹਿੰਦੇ ਆਪਣਾ ਦੁਨੀਆ ਤਾਂ ਹੀ ਤੁਹਾਡਾ ਦੋਸਤੋ ਨਾਮ ਰਹੂਗਾ ਕਿ ਕੋਈ ਸ਼ਿਕਾਰੀ ਸੀ। ਤੇ ਬਾਕੀ ਸਾਜਿਦ ਭਾਈ ਹੁਣਾਂ ਨੇ ਕੋਈ ਗੱਲ ਪੁੱਛਣੀ ਆ? ਵਾਲੇਕੁਮ ਸਲਾਮ ਉਸਤਾਦ ਜੀ, ਸਾਨੂੰ ਵੀ ਤੁਹਾਨੂੰ ਦੇਖਦਿਆਂ ਨੂੰ ਕਾਫੀ ਅਰਸਾ ਹੋ ਗਿਆ, ਮਾਸ਼ਾਅੱਲਾ ਤੁਹਾਡਾ ਬਹੁਤ ਅੱਛਾ ਸ਼ੌਕ ਆ, ਹਰ ਸਾਲ ਤੁਸੀਂ ਕਾਫੀ ਦੜੇ ਜਿੱਤਦੇ ਹੋ। ਹਾਂਜੀ, ਅੱਲਾ ਦਾ ਸ਼ੁਕਰ। ਦਾਨੂ ਭਾਈ ਨੇ ਜੀ ਪੁੱਛਿਆ ਕਿ ਇਸ ਦਫ਼ਾ ਤਕਰੀਬਨ 2023 ਦੇ ਵਿੱਚ ਤੁਸੀਂ ਦੱਸਿਆ ਕਿ ਕਾਫੀ ਜਗ੍ਹਾ ਤੋਂ ਅਸੀਂ ਦੜੇ ਜਿੱਤੇ ਹਾਂ, ਤਕਰੀਬਨ 200 ਦੇ ਲਾਗੇ ਜਾ ਕੇ ਦੜਾ ਜਿੱਤੇ ਹੋਏ। ਹਾਂਜੀ, ਕੁਛ ਦੜੇ ਤੇ ਅਸੀਂ ਵੀ ਦੇਖਿਆ ਜੀ, ਮਾਸ਼ਾਅੱਲਾ ਤੁਸੀਂ ਬਹੁਤ ਅੱਛਾ ਸ਼ੌਕ ਸੀ ਤੁਹਾਡਾ, ਬਹੁਤ ਅੱਛੀਆਂ ਬਾਜ਼ੀਆਂ ਉਡਾਈਆਂ ਤੁਸੀਂ। ਤੇ ਉਸਤਾਦ ਜੀ, ਕੋਈ ਪਿਛਲੇ ਕੋਈ ਐਸੀ ਯਾਦਗਾਰ ਬਾਜ਼ੀ ਜਿਹਦੇ ਵਿੱਚ ਕੋਈ ਐਸੀ ਯਾਦਗਾਰ ਬਾਜ਼ੀ ਹੋਵੇ ਕਿ ਜਿਹੜੀ ਭੁੱਲੀ ਨਾ ਹੋਵੇ? ਹਾਂਜੀ, ਬਾਜ਼ੀ ਜਿਹੜੀ ਭੁੱਲੀ ਨਾ ਹੋਵੇ, ਜਿਹੜੀ ਜਿੱਤੀ ਉਹਨੂੰ ਯਾਦਗਾਰ ਹੁੰਦੀ ਆ, ਹਾਂਜੀ, ਜਿਹੜੀ ਹਾਰ ਗਈ ਉਹ ਭੁੱਲ ਜਾਂਦੀ ਆ। ਮਾਸ਼ਾਅੱਲਾ ਜੀ, ਬਾਜ਼ੀ ਪਿਛਲੇ ਸਾਲ ਮੇਰੀ ਇੱਥੇ ਕਾਰਖਾਨੇ ਉੜੀ ਸੀ, ਹਾਂਜੀ, ਮੇਰਾ ਕਾਲ ਲੋਕਾਂ ਕਬੂਤਰ ਤੇ ਸ਼ਾਹ ਕੀ ਕਬੂਤਰੀ ਉੜੀ ਸੀ, ਹਾਂਜੀ, ਉਹ ਵੀ ਮੇਰੀ ਤਿੰਨਾਂ ਗੜਿਆਂ ਦੇ ਵਿੱਚ ਨਾ ਐਂਟਰੀ ਸੀ, ਸਹੀ, ਤੇ 47 ਗਰਮੀ ਸੀ, 2 ਵਜੇ ਦੀ ਜਿੱਤ ਹੋਈ ਸੀ, ਕਬੂਤਰ ਮੇਰੇ ਜੋੜੀ ਸ਼ਾਮ ਨੂੰ 5 ਵਜੇ ਵੀ ਨਾ ਖੜੀ ਟਾਂਗੇ ਤੇ ਬੈਠੇ ਸੀ। ਇਹ ਮੇਰੀ ਯਾਦਗਾਰੀ ਬਣ ਗਈ ਹੈ ਮੇਰੇ ਉਹਨਾਂ ਕਬੂਤਰਾਂ ਦੀ, ਜਿਹੜੀ ਬੰਦੇ ਨੂੰ ਨਹੀਂ ਭੁੱਲ ਸਕਦੀ। ਜੇ ਲੋਕਾਂ ਦੇ ਪਹਿਲੇ ਦਿਨ ਉੱਡੇ ਹੋਏ ਕਬੂਤਰ ਹਰ ਗਏ ਸੀ, ਉੱਥੇ 10,000 ਦਾ ਪੈਣ ਦੀ ਪਹਿਲੇ ਦਿਨ ਫੈਸਲਾ ਹੋ ਗਿਆ, ਤੇ ਮੇਰੇ ਤੀਸਰੇ ਦੇ ਵਿੱਚ ਮਾਸ਼ਾਅੱਲਾ ਕਬੂਤਰ ਹੈ ਨਾ, 2 ਵਜੇ ਜਿੱਤ ਕੇ 47 ਗਰਮੀ ਸ਼ਾਮ ਨੂੰ 5 ਵਜੇ ਖੜੀ ਟਾਂਗੀ ਤੇ ਬੈਠੇ। ਹੁਣ ਇਹ ਤੋਂ ਵੱਡੀ ਯਾਦਗਾਰੀ ਹੁਣ ਕਿਹੜੀ ਹੋਣੀ? ਅੱਛਾ ਜੀ, ਫਿਰ ਮੇਰੀ ਉਸ ਮਾਜੀ ਦਾ ਤੁਹਾਨੂੰ ਇੱਕ ਹੋਰ ਰਿਕਾਰਡ ਦੱਸਦਾ, ਸ਼ਾਹੀ ਦਾ। ਇਹਦੇ ਰਾਤ ਨੂੰ ਭਾਈ ਮੇਰਾ ਨਾ ਇੱਦਾਂ ਹੀ ਦਰਵਾਜ਼ਾ ਖੁੱਲਾ ਸੀ ਦਾਨੀ ਭਾਈ, ਹਾਂਜੀ, ਉਹ ਇੱਥੋਂ ਨਿਕਲ ਗਈ ਰਾਤ ਨੂੰ 9 ਵਜੇ। ਅੱਛਾ ਜੀ, ਸਾਰੀ ਰਾਤ ਖੜ ਕੇ ਇੱਥੇ ਉੱਡੀ ਹੈ ਇੱਥੇ ਤਨਵੀਰ ਭਾਈ ਲੱਗਿਆ? ਨਹੀਂ ਨਹੀਂ, ਵੈਸੇ ਹੀ ਬਦਾਮ ਭੰਨਣ ਦਿਆ ਸੀ, ਉਹ ਨਿਕਲ ਕੇ ਉੱਡ ਗਈ। ਤਨਵੀਰ ਵੀ ਢੰਗੀ ਭੜਕਾਉਂਦਾ ਰਿਹਾ, ਮਾਂ ਵੀ ਮਾਨਾ ਵੀ ਸਾਰੇ, ਸੁਬਾਹ ਬਈ 9 ਵਜੇ ਦੀ ਉੱਡੀ, ਰਾਤ ਸੁਬਾਹ 6 ਵਜੇ ਦੇ ਸਾਹਮਣੇ ਤੇ ਬੈਠੀ, ਅੱਖਾਂ ਦੇ ਸਾਹਮਣੇ ਉੱਡੀ ਹੈ, ਕਿਤੇ ਗੈਪ ਵੀ ਨਹੀਂ। ਉਹ ਮਾਦੀ ਮੇਰੀ ਸ਼ਾਕ ਕੀ ਜਿਹੜੀ ਨਾ ਵੱਡੀ, ਤੇ ਬਰੀਡਰ ਮਾਦੀ ਆ, ਹੈਗੀ ਆ ਜੀ ਉਸਤਾਦ ਜੀ? ਹਾਂਜੀ ਹੈਗੀ ਆ। ਦੋਸਤੋ ਤੁਹਾਨੂੰ ਮਾਸ਼ਾਅੱਲਾ ਜੇ ਇੱਥੇ ਉਸਤਾਦ ਕੋ ਕਾਰਖਾਨੇ ਹੋਈ, ਤੁਹਾਨੂੰ ਉਸਤਾਦ ਦੇ ਜਿਹੜੇ ਵਿਨਰ ਕਬੂਤਰ ਆ ਇੱਥੇ ਦੇ, ਉਹ ਭਾਈ ਜ਼ਿਕਰ ਤੇ ਜੋੜਿਆਂ ਵਾਲੇ ਆ, ਉਹਨਾਂ ਦਾ ਵੀ ਸ਼ੌਕ ਕਰਾਵਾਂਗੇ, ਮਨ ਉਹ ਜੋੜੇ ਦਿਖਾ ਦੇ ਹੋਣਾ ਚਾਹੀਦਾ। ਹਾਂਜੀ, ਹੁਣ ਤਾਂ ਬਿੱਲਾ ਜੀ ਫੈਸਲੇ ਹੁਣ ਤਾਂ ਆਉਂਦੇ, ਪਹਿਲੇ ਦਿਨ ਤਾਂ ਆਉਂਦਾ ਹੀ ਨਹੀਂ। ਤੇ ਮੈਂ ਕਿਹਾ ਮੇਰੇ ਦੋਸਤ ਰੋਣ ਲੱਗ ਗਏ ਤੇ ਮੁੰਡੇ ਤੇ ਚਾਰ ਉਹਦੀ ਉੱਡ ਦੇਖ ਕੇ, ਯਾਨੀ ਕਿ ਖੁਸ਼ੀ ਦਾ ਇਜ਼ਹਾਰ ਉਹਨਾਂ ਨੇ ਕੀਤਾ, ਇਸ ਤਰ੍ਹਾਂ ਮੂੰਹ ਖੁੱਲਾ ਹੋਇਆ ਸੀ, ਲੱਤਾਂ ਥੱਲੇ ਆ, ਸਾਡਾ ਦੋਸਤ ਰਾਣਾ ਬਰਾਰ ਉਹ ਤਾਂ ਆਮ ਆਵਾਂ ਗਿਆ, ਚੱਪੀਆਂ ਪਾਵਾ ਰੋਣ ਲੱਗ ਗਿਆ ਵੀ ਯਾਰ ਇਦਾਂ ਦਾ ਕਬੂਤਰ ਵੀ ਹੈਗਾ। ਅੱਛਾ ਉਸਤਾਦ, ਇੱਥੇ ਉੱਡਿਆ ਇੱਥੇ ਆਪਣੇ ਕਾਰਖਾਨੇ ਮੁਰਾਦਾਬਾਦ ਦੇ ਵਿੱਚ? ਅੱਛਾ ਉਸਤਾਦ ਜੀ, ਬਾਜ਼ ਟਾਈਮ ਇਸ ਤਰ੍ਹਾਂ ਹੁੰਦਾ ਆ ਕਿ 1 ਸਾਲ ਕਬੂਤਰ ਬਹੁਤ ਅੱਛੇ ਉੱਡਦੇ ਆ, ਉਹੋ ਹੀ ਕਬੂਤਰ ਹੁੰਦੇ ਆ, ਉਹੋ ਹੀ ਉਸਤਾਦ ਹੁੰਦਾ, ਅਗਲੇ ਸਾਲ ਉਹੀ ਕਬੂਤਰ ਉਸੇ ਉਸਤਾਦ ਕੋਲ ਉੱਡਦੇ ਨੇ, ਪਤਾ ਇਹਦੀ ਵਜ੍ਹਾ ਭਾਈ ਕਬੂਤਰ ਜਿਹੜਾ ਨਾ ਉੱਡਦਾ ਤੇ ਆਪਣੇ ਜੋਰ ਤੇ ਹੁੰਦਾ, ਅਗਰ ਕਬੂਤਰ ਖਰਾਬ ਹੋ ਜਾਵੇ ਨਾ
ਉਹਨੂੰ ਸਹੀ ਕਰਨਾ ਅਸੀਂ ਉਹਨੂੰ ਉਸਤਾਦ ਮੰਨਦੇ ਹਾਂ ਜਿਹੜਾ ਬੰਦਾ ਕਬੂਤਰ ਨੂੰ ਠੀਕ ਕਰੇ ਖਰਾਬ ਉਹ ਮੋਟਰਸਾਈਕਲ ਵੀ ਚਲਾ ਰਹੇ ਨਾ ਚੱਲ ਰਹੀ ਇੱਧਰ ਖਰਾਬ ਹੋਣੀ ਤੁਸੀਂ ਕਿਸੇ ਮਿਸਤਰੀ ਕੋਲ ਆ ਜਾਣੀ ਤੁਸੀਂ ਆਪ ਹੀ ਨਹੀਂ ਠੀਕ ਕਰ ਸਕਦੇ ਨਾ ਇੱਦਾਂ ਹੀ ਕਬੂਤਰ ਜਦੋਂ ਖਰਾਬ ਹੁੰਦਾ ਨਾ ਉਹਨੂੰ ਜਿਹੜਾ ਠੀਕ ਕਰਨ ਵਾਲਾ ਮੈਂ ਉਹਨੂੰ ਉਸਤਾਦ ਮੰਨਦਾ ਉਹ ਉਡਾਉਣ ਵਾਲੇ ਨੂੰ ਮੈਂ ਨਹੀਂ ਉਸਤਾਦ ਮੰਨਦਾ ਉਡਾ ਤਾਂ ਬਿੱਲਾ ਵੀ ਲਊਗਾ ਤੋਂ ਗੋਲੀ ਲਿਆ ਦੇ ਲਿਆ ਕੇ ਦੇ ਉਡਾ ਤਾ ਉਹਨੇ 5 ਘੰਟੇ ਉੱਡਦਾ ਉਹਨੇ 10 ਘੰਟੇ ਉੱਡ ਜਾਣਾ ਪਰ ਜਦੋਂ ਉਹ ਕੋਈ ਨੁਕਸ ਪੈਣਾ ਸੁੱਜ ਗਿਆ ਜਾਂ ਕੋਈ ਮੂੰਹ ਪੱਟਣ ਲੱਗ ਗਿਆ ਉਸਤਾਦੀ ਇਹ ਆ ਉਹਨੂੰ ਠੀਕ ਕਰਨਾ ਹੁਣ ਉਸਤਾਦ ਨੇ ਪਿਛਲੇ ਸਾਲ ਡਾਲੇ ਚੰਗੇ ਉੱਡ ਗਏ ਅਗਲੇ ਸਾਲ ਕਬੂਤਰ ਤੁਹਾਨੂੰ ਪਤਾ ਨਹੀਂ ਲੱਗਿਆ ਉਹਨੂੰ ਫਾਲਟ ਕੀ ਬਣ ਗਿਆ ਫਾਲਟ ਕੱਢਣਾ ਪੈਂਦਾ ਕਬੂਤਰ ਅੱਛਾ ਉਸਤਾਦ ਜੀ ਮੈਨੂੰ ਯਾਦ ਆ ਗਈ ਤੁਹਾਡੀ ਗੱਲ ਤੋਂ ਇੱਕ ਟਿਪ ਸਾਡੇ ਦੋਸਤਾਂ ਨੂੰ ਹੋਰ ਦਊਂਗੇ ਤੇ ਚਲੋ ਤੁਹਾਡੀ ਬੜੀ ਮਿਹਰਬਾਨੀ ਹੋਊਗੀ ਤੁਹਾਡੀ ਸ਼ਫਕਤ ਆ ਤੁਹਾਡੇ ਨਾਲ ਹੀ ਆ ਉਸਤਾਦ ਜੀ ਅਸੀਂ ਇਹ ਚੈਨਲ ਸਾਡੇ ਵੀਰਾਂ ਦਾ ਵਾ ਸਾਡਾ ਨਹੀਂ ਚੈਨਲ ਸਾਡੇ ਵੀਰਾਂ ਦਾ ਤੇ ਇਹਨਾਂ ਨਾਲ ਹੀ ਆ ਅਸੀਂ ਇਹ ਉਸਤਾਦ ਜੀ ਜਿਹੜਾ ਕਬੂਤਰ ਆਪਣਾ ਸੁੱਜ ਜਾਂਦਾ ਵਾ ਇਹ ਇਹਨੂੰ ਠੀਕ ਕਰਨਾ ਹੋਵੇ ਇਹਨੂੰ ਕਿਹੜੀ ਚੀਜ਼ ਦੇਣੀ ਚਾਹੀਦੀ ਹੈ ਥੱਲੋਂ ਕਬੂਤਰ ਭਗਾਨਾ ਬਣ ਜਾਂਦਾ ਵਾ ਉਹਨੂੰ ਅਸੀਂ ਐਸੀ ਚੀਜ਼ ਦਈਏ ਉਹ ਸਾਡਾ ਕਬੂਤਰ ਜ਼ਾਇਆ ਨਾ ਹੋਵੇ ਕਈ ਅਸੀਂ ਦੇਖਦੇ ਹਾਂ ਉਸਤਾਦ ਜੀ ਕਬੂਤਰ ਸੁੱਜ ਜਾਂਦੇ ਬਿਮਾਰ ਹੋ ਗਏ ਮਰ ਜਾਂਦੇ ਠੀਕ ਨਹੀਂ ਹੁੰਦੇ ਤੇ ਕਬੂਤਰ ਠੀਕ ਉਸਤਾਦ ਜੀ ਜਿਹੜਾ 100% ਕਿਹੜੀ ਚੀਜ਼ ਨਾਲ ਠੀਕ ਹੋ ਸਕਦਾ ਵਾ ਸਾਡਾ ਪੁਆਇੰਟਾਂ 'ਚ ਅੱਗੇ ਵੀ ਉਹ ਆਵੇ ਅਸੀਂ ਜਿਹੜਾ ਦਿੰਦੇ ਨਾ ਇਹਨੂੰ ਪਾਣੀ ਦਿੰਦੇ ਇੱਕ ਪਾਨ ਦੀ ਜੜ ਪਾਨ ਦੀ 2 ਇੰਚ ਲੈਣੀ ਇੰਨੀ ਅੱਛਾ ਜੀ ਤੇ ਕੜੂ ਦੂਸਰੀ ਕਿਹੜੀ ਚੀਜ਼ ਕਰੂ ਇਹ ਪਕਾ ਲੈਣਾ ਵਾ ਪਕਾ ਕੇ ਉਸਤਾਦ ਜੀ ਇਹ ਭੁੱਖੇ ਢਿੱਡ ਦੇਣਾ ਜਾਂ ਰਾਤ ਨੂੰ ਦੇਣਾ ਇਹ ਚਾਹੇ ਬਦਾਮ ਵੀ ਹੋਣ ਕਬੂਤਰ ਕੋਲ ਹਾਂ ਬਦਾਮ ਹੋਣ ਕੋਈ ਉੱਪਰੋਂ ਦੀ ਦੇ ਕੇ ਉਹਨੂੰ ਢੱਕ ਦੇਣਾ 8 ਵਜੇ ਦੇ ਕੇ ਢੱਕ ਦੇਣਾ ਉਹਨੂੰ ਅੱਛਾ ਜੀ ਸੁਬਾਹ ਹੀ ਕੱਢਣਾ ਉਹਨੂੰ ਅੱਛਾ ਜੀ ਸੁਬਾਹ ਨੂੰ 4 ਵਜੇ ਕੱਢ ਕੇ ਪਲਟ ਦਿਓ ਹਾਂਜੀ ਮੁੜ ਕੇ 6 ਵਜੇ ਉਡਾ ਦਿਓ ਉਹਨੂੰ ਸੁੱਕਾ ਹੀ ਫਿਰ ਕਬੂਤਰ ਚਾਹੀਦਾ ਕੜੂ ਜਾਂਦ ਕੇ ਚਨੇ ਦੇ ਦਾਣੇ ਜਿੰਨਾ ਲਾ ਲਓ ਦੋਸਤੋ ਮਾਸ਼ਾਅੱਲਾ ਉਸਤਾਦ ਹੁਣਾਂ ਨੇ ਬਹੁਤ ਅੱਛੀ ਗੱਲ ਕਹੀ ਆ ਹਰ ਸਾਲ ਹੀ ਦੋਸਤੋ ਕਿ ਨਵੇਂ ਕਬੂਤਰ ਤਿਆਰੀ ਚ ਅਸੀਂ ਲਾਉਂਦੇ ਆ ਸਾਡੇ ਕਈ ਸ਼ਿਕਾਰੀ 3 ਅਡਾਰਾਂ ਲੈਂਦੇ 4 ਲੈਂਦੇ ਉਹਨੂੰ ਪਾਣੀ ਚੁਕਾਉਂਦੇ ਆ ਤੇ ਕਬੂਤਰ ਸੁੱਜ ਜਾਂਦੇ ਅੱਛਾ ਉਸਤਾਦ ਜੀ ਤੁਸੀਂ ਸ਼ੌਕ ਕਰਦੇ ਆ ਤੁਹਾਨੂੰ ਮਾਸ਼ਾਅੱਲਾ ਕਿੰਨੇ ਸਾਲ ਹੋ ਗਏ ਆ ਉਦਾਂ ਕਬੂਤਰ ਨੂੰ ਪਾਣੀ ਨਹੀਂ ਚੁਕਾਉਂਦੇ ਅਸੀਂ ਅੱਛਾ ਗਰਮ ਅਡਾਰਾਂ ਸੁੱਕੀਆਂ ਲੈਂਦੇ ਹਾਂ ਬਗੈਰ ਪਾਣੀ ਤੋਂ ਤੇ ਜਦੋਂ ਉਸਤਾਦ ਜੀ ਕਬੂਤਰ ਨੂੰ ਤੁਸੀਂ ਪਾਣੀ ਚੁਕਾਉਣਾ ਵਾ ਉਹਨੂੰ ਪਾਣੀ 'ਚ ਕੋਈ ਚੀਜ਼ ਦਿੰਦੇ ਹਾਂ ਜਾਂ ਗਰਮ ਕਰਦੇ ਹਾਂ ਰਾਤ ਨੂੰ ਜਿਹੜੀਆਂ ਆਮ ਚੀਜ਼ਾਂ ਚੱਲਦੀਆਂ ਦਾਲ ਚੀਨੀ ਮਨੱਕਾ ਲੌਂਗ ਨਹੀਂ ਕੋਈ ਨਹੀਂ ਅਸੀਂ ਸਾਦਾ ਹੀ ਪਾਣੀ ਸਾਦਾ ਹੀ ਕੁਛ ਨਹੀਂ ਰਾਤ ਨੂੰ ਕਹਿੰਦਾ ਸੁਬਾਹ ਨੂੰ ਕਿੰਨਾ ਪਾਣੀ ਜ਼ਿਆਦਾ ਤੋਂ ਜ਼ਿਆਦਾ ਤੁਸੀਂ ਦਿੰਦੇ 1 cc ਅੱਛਾ ਜੀ 2 cc 3 cc ਅੱਛਾ ਦੋਸਤੋ ਮਾਸ਼ਾਅੱਲਾ ਕਾਫੀ ਆਪਣਾ ਇੰਟਰਵਿਊ ਲੰਮਾ ਹੋ ਗਿਆ ਵਾ ਕੋਈ ਹੋਰ ਉਸਤਾਦ ਜੀ ਮੈਸੇਜ ਦੇਣਾ ਚਾਹੁੰਦੇ ਹੋਵੋ ਕੋਈ ਆਪਣਾ ਨਾਲ ਭਾਈ ਹੁਣੀ ਕੋਈ ਹੋਰ ਭਾਈ ਹੁਣੀ ਜਿਹਨਾਂ ਨੂੰ ਆਪਾਂ ਆਪਣਾ ਪੰਜਾਬੀ ਜ਼ਬਾਨ ਚ ਉੱਚੀ ਦਾ ਕਹਿੰਦੇ ਆ ਹਾਂਜੀ ਇਹ ਕਿੰਨੀ ਦੇਰ ਹੋ ਗਈ ਤੁਹਾਨੂੰ ਸ਼ੌਕ ਕਰਦੇ ਆ ਤਕਰੀਬਨ 10 ਤੋਂ 12 ਸਾਲ ਹੋ ਗਏ 10 ਤੋਂ 12 ਸਾਲ ਹੋ ਗਏ ਤੇ ਨੀਵੀਂ ਦਾ ਵੀ ਕਰਦੇ ਆ ਜਾਂ ਸਿਰਫ ਨੀਵੀਂ ਦਾ ਵੀ ਅੱਛਾ ਅੱਛਾ ਤੁਸੀਂ ਉੱਚੀ ਦਾ ਸ਼ੌਕ ਕਰਦੇ ਆ ਉੱਚੀ ਦੇ ਕਬੂਤਰਾਂ ਵਿੱਚ ਤੁਹਾਨੂੰ ਮੇਨ ਇੱਕ ਗੱਲ ਪੁੱਛ ਲੈਂਦੇ ਆ ਜਿਹੜੀ ਮੈਨੂੰ ਯਾਦ ਆ ਇਹ ਉੱਚੀ ਦੇ ਕਬੂਤਰਾਂ ਦੇ ਵਿੱਚ ਸਭ ਤੋਂ ਅੱਛਾ ਕਬੂਤਰ ਕਿਹੜੀ ਨਸਲ ਦਾ ਪਾਇਆ ਜਾਂਦਾ ਕਸੂਰੀ ਪਾਇਆ ਜਾਂਦਾ ਵਾ ਟੈੜੀ ਪਾਇਆ ਜਾਂਦਾ ਵਾ ਜਾਂ ਜਿਹਨੂੰ ਅੱਜ ਕੱਲ੍ਹ ਅਸੀਂ ਦੇਖਦੇ ਹਾਂ ਕਾਲ ਦੁੰਬੇ ਕਾਲ ਸਿਰੇ ਕਿਹੜਾ ਪਰਿਵਾਰ ਦੇ ਵਿੱਚ ਚੰਗਾ ਕਬੂਤਰ ਕਿਹੜਾ ਵਾ ਸਾਡੀ ਨਿਗਾਹ ਦੇ ਵਿੱਚ ਤੇ ਜੌਂਸਰੇ ਕਬੂਤਰ ਚੰਗੇ ਆ ਜਿਹੜੇ ਫੈਸਲਾਬਾਦ ਦੇ ਪਿਓਰ ਕਬੂਤਰ ਜੌਂਸਰੇ ਟੈੜੀ ਕਬੂਤਰ ਕੱਟੇ ਜਾਂਦੇ ਆ ਉੱਥੇ ਹਾਂਜੀ ਟੈੜੀ ਕਬੂਤਰ ਜਿਹੜੇ ਆ ਉਹਨਾਂ ਦੀ ਕੀ ਵਜੂਹਾਤ ਆ ਕੱਟਣ ਦੀ ਉਹਨਾਂ ਦਾ ਫਰੀਦੀ ਵਾਲਾ ਹਿਸਾਬ ਆ ਉਹਨਾਂ ਨੂੰ ਤੁਸੀਂ ਕਲਾਸ ਪਾਓਗੇ ਤੇ ਰਹੂਗੇ ਨਹੀਂ ਤੇ ਉਹ ਤੱਤਾ ਹੀ ਆ ਉਹ ਨਹੀਂ ਬਹਿੰਦੇ ਕਬੂਤਰ ਬਹਿੰਦੇ ਨਹੀਂ ਉਹਨਾਂ ਦੀ ਪਰਵਾਜ ਨਹੀਂ ਜੇਠ ਵਿੱਚ ਵੀ ਨਹੀਂ ਬਹਿੰਦੇ ਕੱਟੇ ਜਾਂਦਾ ਕਬੂਤਰ ਡੈਡੀ ਤੇ ਜੌਂਸਰਾ ਕਬੂਤਰ ਹਮੇਸ਼ਾ ਮੁਸ਼ਕਲ ਵੀ ਕੱਟੂਗਾ ਤੇ ਘਰ ਹੀ ਆਏਗਾ ਆਪਣੇ ਫੈਸਲਾਬਾਦ ਦੇ ਵਿੱਚ ਗਰਮੀ ਕਾਫੀ ਜ਼ਿਆਦਾ ਆਲੂਦਗੀ ਵੀ ਬਹੁਤ ਆ ਫੈਕਟਰੀਆਂ ਦੀ ਇੱਥੇ ਕਿਹੜਾ ਕਬੂਤਰ ਕਾਮਯਾਬ ਆ ਉੱਚੀ ਦਿਆਂ ਚੋਂ ਉੱਚੀਆਂ ਮੋਤੀਆਂ ਵਾਲੇ ਕਬੂਤਰ ਆ ਉਹ ਹੈਗੇ ਆ ਹਲੇ ਪਏ ਆ ਕਿਸੇ ਬੰਦੇ ਕੋਲ ਹਾਂਜੀ ਪਏ ਆ ਨੂੰ
ਚਲੋ ਦੋਸਤੋ ਅਸੀਂ ਤੁਹਾਨੂੰ ਮਾਸ਼ਾਅੱਲਾ ਸ਼ੋ ਕਰਵਾਵਾਂਗੇ ਗੁਲਾਮਾਬਾਦ ਦੇ ਸਭ ਤੋਂ ਕਾਮਯਾਬ ਧਾਨੀ ਭਾਈ ਕੱਪ ਵੀ ਜਿੱਤੇ ਆ ਗਏ ਅੱਛਾ ਜੀ ਆਪਣੇ ਗੁਲਾਮਾਬਾਦ ਗੁਲਾਮਾਬਾਦ ਦੇ ਤਿੰਨ ਕੱਪ ਦੀ ਪਹਿਲੇ ਜਿਵੇਂ ਅਸੂ ਦਾ ਪਹਿਲਾ ਜਿਵੇਂ ਪਹਿਲਾ ਨੰਬਰ ਤੇ ਕਿੰਨੇ ਘਰ ਸੀ ਉਹਦੇ ਵਿੱਚ ਸ਼ਾਮਲ ਤਿੰਨ ਇੱਕ ਦੇ ਵਿੱਚ ਹੈਗੀਆਂ 20 ਛੱਤਾਂ ਅੱਛਾ ਇੱਕ ਦੇ ਵਿੱਚ 15 ਛੱਤਾਂ ਸੀ ਇਹ ਕਲੀਆਂ ਗੁਲਾਮਾਬਾਦ ਦੀਆਂ ਹੀ ਜਾਂ ਕਲੀਆਂ ਗੁਲਾਮਾਬਾਦ ਅੱਛਾ ਜੀ ਮੁੱਢ ਕੀ ਸੀ ਤਕਰੀਬਨ 3000 ਰੁਪਏ ਮੁੱਢ ਤਿੰਨਾਂ ਦੇ ਅੱਛਾ ਇਹ ਕਿੰਨੇ ਘੰਟੇ ਤੁਹਾਡੇ ਵੱਧ ਗਏ ਸੀ ਸਾਡੇ ਕਬੂਤਰ ਸਵੇਰ 12 ਵਜੇ ਤੋਂ ਪਹਿਲਾ ਕਬੂਤਰ ਬੈਠਾ ਮੁੜ ਕੇ 1:30 ਵਜੇ ਤੋਂ ਲੈ ਕੇ 2:30 ਵਜੇ ਤੱਕ ਸਾਰੇ ਕਬੂਤਰ ਬਹਿ ਗਏ ਸੀ ਅੱਛਾ ਜੀ 2:30 ਵਜੇ ਸਾਰੇ ਬਹਿ ਗਏ ਸਾਰੇ ਬੈਠ ਗਏ ਸੀ ਇਹ ਤੁਹਾਡੇ ਕੋ ਕੱਲੇ ਜਿਹੜੇ ਤੁਸੀਂ ਉਸ ਤੋਂ ਬਾਅਦ ਕਬੂਤਰ ਨਹੀਂ ਨਿਕਲਿਆ ਉਤੋਂ ਕਿਸੇ ਦੇ ਨਾਲ ਬੈਠੇ ਨਹੀਂ ਇਹ ਜੇਠ ਦੇ ਵਿੱਚ ਹਾਂਜੀ 2023 ਦੇ ਵਿੱਚ ਅਸੂ ਕੱਪ ਦੋਸਤੋ ਅੱਛਾ ਆਪਣਾ ਬਾਈ ਜੀ ਜਿਹੜੇ ਹੋਰ ਦੂਸਰੇ ਤੁਸੀਂ ਕਦੀ ਫੈਸਲਾਬਾਦ ਆਪਣਾ ਜ਼ਿਲ੍ਹਾ ਲੈਵਲ ਵੀ ਖੇਲਿਆ ਜਾਂ ਕੋਈ ਨੇ ਨਹੀਂ ਕਦੀ ਨਹੀਂ ਖੇਲਿਆ ਇਹਦੇ ਵਿੱਚ ਜਿਹੜੇ ਤੁਸੀਂ ਤੁਹਾਡੇ ਕੋਲ ਕੱਲੇ ਕਬੂਤਰ ਮੋਤੀਆਂ ਵਾਲੀ ਆ ਜਾਂ ਤੁਸੀਂ ਹੋਰ ਕਬੂਤਰ ਕਾਲ ਦੁੰਬੇ ਕਾਲ ਸਿਰੇ ਵੀ ਕਰਾਸ ਪਾਏ ਆ ਨਹੀਂ ਕਬੂਤਰ ਸਾਡੇ ਕੋਲ ਹੋਰ ਵੀ ਹੈਗੇ ਆ ਜ਼ਿਆਦਾਤਰ ਨੀਲ ਦੁੰਬੇ ਕਬੂਤਰ ਆ ਮੋਤੀਆਂ ਵਾਲੇ ਪੇਂਤੀਆਂ ਵਾਲੇ ਪਿਓਰ ਜੋੜੇ ਵੀ ਪਏ ਆ ਕਸੂਰੀ ਵੀ ਹੈਗੇ ਜਿਹਨਾਂ ਦੇ ਅਸੀਂ ਕਰਾਸ ਜ਼ਿਆਦਾਤਰ ਨਾ ਗੋਲਡਨਾਂ ਦਾ ਮੋਤੀਆਂ ਵਾਲਿਆਂ ਨਾਲ ਪਾਇਆ ਅੱਛਾ ਜੀ ਇਹ ਅੱਖ ਤੋਂ ਕਈ ਸ਼ਿਕਾਰੀ ਜਿਹੜੇ ਆ ਉੱਚੀ ਦੇ ਅੱਖ ਨੂੰ ਜ਼ਿਆਦਾ ਫੋਕਸ ਕਰਦੇ ਆ ਅੱਖ ਦੇ ਵਿੱਚ ਕੀ ਐਡਾ ਖਾਸ ਆ ਬਾਈ ਇਹਦੇ ਵਿੱਚ ਰੱਖਿਆ ਇਹ ਜਿਹੜਾ ਉੱਚੀ ਦਾ ਕਬੂਤਰ ਆ ਇਹ ਅਗਰ ਦੇਖਣਾ ਹੋਵੇ ਕਿ ਆਹ ਕਬੂਤਰ ਚੰਗਾ ਵਾ 200 ਕਬੂਤਰ ਦੇ ਵਿੱਚ ਉਹ ਤੁਸੀਂ ਕਿਹੜੀ ਚੀਜ਼ ਐਸੀ ਦੇਖ ਕੇ ਉਹਨੂੰ ਫੜਦੇ ਆ ਉੱਥੋਂ ਕਿ ਆਹ ਕਬੂਤਰ ਤੁਹਾਡਾ ਟੌਪ 1 ਦਾ ਕਬੂਤਰ ਆ ਉਹ ਦੇਖੋ ਜੀ ਅੱਖ ਦੇ ਵਿੱਚ ਤੇ ਕੁਛ ਨਹੀਂ ਬਲੱਡ ਦੇ ਵਿੱਚ ਸਾਰਾ ਕੁਛ ਆ ਇੱਥੇ ਅੱਖ ਦੇ ਵਿੱਚ ਆ ਜ਼ਰੇ ਵੇਖ ਲਓ ਜੀ ਆ ਦਾਇਰੇ ਵੇਖ ਲਓ ਠੀਕ ਆ ਨਾ ਇੱਦਾਂ ਹੀ ਆ ਦਾਣਾ ਬਰੀਕ ਆ ਦਾਣਾ ਮੋਟਾ ਵਾ ਸਾਦੀਆਂ ਅੱਖਾਂ ਦਾ ਕਬੂਤਰ ਜਿਹੜਾ ਅਸੀਂ ਜ਼ਿਆਦਾ ਪਸੰਦ ਕਰਦੇ ਹਾਂ ਠੀਕ ਆ ਜ਼ਿਆਦਾ ਉੱਡੂਗਾ ਜਿੰਨੀ ਲਾਲ ਅੱਖ ਹੋ ਗਈ ਉਨੀ ਕਬੂਤਰ ਦੇ ਵਿੱਚ ਕਟਿੰਗ ਵੀ ਜ਼ਿਆਦਾ ਹੁੰਦੀ ਜਿਹੜੇ ਵਾਪਸੀ ਵਾਲੇ ਕਬੂਤਰ ਆ ਉਹਨਾਂ ਦੀ ਕੀ ਨਿਸ਼ਾਨੀ ਆ ਕੁਆਲਿਟੀ ਜਿਹੜੇ ਵਾਪਸ ਕਬੂਤਰ ਹੁੰਦੇ ਆ ਕਈ ਉੱਤੋਂ ਭੱਜਦੇ ਬਹੁਤ ਅੱਜ ਕੱਲ ਭੱਜ ਦੇਖੋ ਜੀ ਵਾਪਸੀ ਨੌਵੀਂ ਕੰਨੀ ਵੱਡੀ ਲੈਂਦੇ ਆ ਸਾਰੇ ਜਿਹੜੇ ਵੀ ਚੜਾਈ ਦੇ ਕਬੂਤਰ ਉਹ ਕਹਿੰਦੇ ਨੌਵੀਂ ਕੰਨੀ ਵੱਡੀ ਹੋਵੇ ਤੇ ਕਬੂਤਰ ਦੀ ਅਕਲ ਵਾਪਸੀ ਹੈਗੀ ਆ ਠੀਕ ਹੈ ਤੇ ਜਿਹਦੀ ਦਸਵੀਂ ਕੰਨੀ ਵੱਡੀ ਹੈ ਨਾ ਕਬੂਤਰ ਬੁਲੰਦੀ ਜ਼ਿਆਦਾ ਮਾਰੇਗਾ ਉੱਤੋਂ ਹਟ ਜਾਂਦਾ ਵਾ ਕੋਈ ਫੈਸ ਆਪਣਾ ਬਾਈ ਜੀ ਕੋਈ ਮੈਨੂੰ ਨਾਂ ਤੁਹਾਡਾ ਭੁੱਲ ਜਾਂਦਾ ਕੋਈ ਆਪਣੇ ਦੇਖਣ ਵਾਲੇ ਦੋਸਤਾਂ ਨੂੰ ਕੋਈ ਤੁਸੀਂ ਸ਼ੌਕੀਨ ਜਿਹੜੇ ਹਾਈ ਫਲਾਇਰ ਦੇ ਆ ਉਹਨਾਂ ਨੂੰ ਕੋਈ ਅੱਛੀ ਜਿਹੀ ਟਿਪ ਦਿਓ ਕੋਈ ਫੜਨ ਦੇ ਮੁਤਲਕ ਜਾਂ ਕੋਈ ਡਾਣ ਦੇ ਮੁਤਲਕ ਟਿਪ ਸਾਰੀ ਆ ਜੋ ਵੀ ਉਸਤਾਦ ਉਹਨਾਂ ਨੇ ਦੱਸਦਾ ਵਾ ਅਸੀਂ ਉਸਤਾਦ ਉਹਨਾਂ ਦੇ ਸ਼ਾਗਿਰਦ ਆ ਤਕਰੀਬਨ ਅੱਛਾ ਬਹੁਤ ਪੁਰਾਣੇ ਤੇ ਸਮਝ ਲਓ ਸ਼ਾਗਿਰਦ ਵੀ ਭਰਾ ਹੀ ਆ ਠੀਕ ਹੈ ਨਾ ਜੋ ਵੀ ਹੈ ਜੋ ਸਾਨੂੰ ਉਸਤਾਦ ਉਹਨਾਂ ਨੇ ਦਿੱਤਾ ਵਾ ਉਹ ਅਸੀਂ ਅੱਗੇ ਇਸਤੇਮਾਲ ਕਰੀ ਜਾਂਦੇ ਹਾਂ ਹਾਂਜੀ ਕਿਸੇ ਦਾ ਕਬੂਤਰ ਫੜ ਲਿਆ ਤਾਂ ਵਾਪਸ ਕਰ ਦੋ ਵਾਪਸ ਕਰ ਸ਼ੌਕ ਨਾ ਚਾਹੀਦਾ ਅੱਛਾ ਜੀ ਅੱਛਾ ਜੀ ਉਸਤਾਦ ਜੀ ਬਾਸ ਟਾਈਮ ਇਦਾਂ ਹੁੰਦਾ ਵਾ ਕਿ ਆਪਣੇ ਨੀਵੀ ਦੇ ਲੋ ਫਲਾਇਰ ਜਿਹਨੂੰ ਆਪਾਂ ਕਹਿੰਦੇ ਹਾਂ ਕਬੂਤਰ ਛੱਡ ਦਿੰਦੇ ਹਾਂ ਸਵੇਰ ਨੂੰ ਬਾਸ ਜਗ੍ਹਾ ਤੇ 7 ਵਜੇ ਛੱਡਦੇ ਹਾਂ ਕਈ ਜਗ੍ਹਾ 8 ਵਜੇ ਛੱਡਦੇ ਹਾਂ ਕਈ ਜਗ੍ਹਾ ਤੇ ਤਾਂ ਮੈਨੂੰ ਲੱਗਦਾ 9 ਵਜੇ ਤੱਕ ਵੀ ਚੱਲੇ ਜਾਂਦੇ ਆ ਇੱਥੇ ਗਏ ਸੀਗੇ ਜੀ ਗੁਰੂ ਸਾਹਿਬ ਉੱਥੇ 9 ਵਜੇ ਤੱਕ ਵੀ ਚੱਲੇ ਗਏ ਸੀ 9:30 ਵਜੇ ਤੱਕ ਕਬੂਤਰ ਮੇਰੇ ਗੱਲ ਕਰਨ ਦਾ ਮਕਸਦ ਇਹ ਹੈ ਵੀ ਕਬੂਤਰ ਕਿੰਨੇ ਵਜੇ ਤੱਕ ਛੱਡ ਦੇਣੇ ਚਾਹੀਦੇ ਆ ਇਹ ਨੀਵੀਂ ਵਾਲੇ ਕਬੂਤਰ ਸਵੇਰ 7:30 ਵਜੇ ਤੱਕ ਛੱਡ ਦੇਣੇ ਚਾਹੀਦੇ ਕਬੂਤਰ ਲੇਟ ਉੱਡਦਾ ਨਾ ਹਾਂਜੀ ਉਹ ਗਰਮੀ ਦੇ ਵਿੱਚ ਨੁਕਸਾਨ ਸ਼ਬਾਜਪੁਰ ਵੀ ਦੇਖਿਆ ਕਿ ਜਿੰਨੀ ਲੇਟ ਕਬੂਤਰ ਆਉਂਦੇ ਸੀ ਉਹਨਾਂ ਨੇ ਕਿਹਾ ਓਨੀ ਲੇਟ ਹੀ ਲੈਣਾ ਵਾ ਬਾਜ ਜਗ੍ਹਾ ਉਸਤਾਦ ਜੀ ਇੰਜ ਹੁੰਦਾ ਵਾ ਮੈਂ ਵੀ ਆਪਣੀਆਂ ਅੱਖਾਂ ਨਾਲ ਦੇਖਿਆ ਵਾ ਕਿ ਕਬੂਤਰ ਹੁੰਦਾ ਨਹੀਂ ਸ਼ਿਕਾਰੀ ਦਾ ਸ਼ਾਮ ਤੱਕ ਉੱਪਰ ਨੂੰ ਹੀ ਉਂਗਲੀ ਰੱਖਦੇ ਆ ਕਹਿੰਦੇ ਆ ਸਾਡਾ ਉੱਤੇ ਖੜਾ ਵਾ ਬਰੀਕ ਉਹ ਤਾਂ ਫਿਰ ਇਦਾਂ ਹੀ ਹੈ ਨਾ ਉੱਪਰ ਨਿਕਲਿਆ ਵੇ ਜੇ ਉੱਪਰ ਖੜਾ ਤੇ ਆ ਜਾਊਗਾ ਉੱਪਰ ਕੋਸ਼ਿਸ਼ ਹੁੰਦੀ ਟਾਈਮ ਦੇ ਵਿੱਚ ਹਰਾ ਦੀ ਜਿੰਨਾ ਟਾਈਮ ਸਾਡਾ ਲੱਗਦਾ ਨਾ ਉਹਦਾ ਟਾਈਮ ਵਕਤ ਦੀ ਪਾਉਂਦੀ ਨਮਾਜ਼ ਨੀ ਪੜ੍ਹਦੇ ਜਿੰਨਾ ਸਾਡਾ ਟਾਈਮ ਲਾਉਣ ਦੇ ਦੋ ਘੰਟੇ ਚ ਕਬੂਤਰ ਰੱਖਣਾ ਨਾ ਨਜ਼ਰ ਆਇਆ ਸਾਡਾ ਕਬੂਤਰ ਖਾਸ ਕਰਕੇ ਉੱਤੇ ਕਲੀਅਰ ਵੀ ਹੁੰਦਾ ਹੈ ਨਾ ਤੇ ਉਹਨਾਂ ਰੱਖਣਾ ਨਹੀਂ ਇਹ ਕਲੀਅਰ ਨਹੀਂ ਹੈ ਇਹ ਨੀਚੇ ਆਊਗਾ ਤੇ ਪੱਕਾ ਆਉਣਾ ਤੇ ਨਹੀਂ ਹੁਣ ਅੱਛਾ ਉਸਤਾਦ ਜੀ ਮੇਰੇ ਪਿੰਡ ਇੱਕ ਦੜਾ ਉੱਡਿਆ
ਕਬੂਤਰ ਸਵੇਰ ਨੂੰ ਹੀ ਚਿਮਨੀ ਤੇ ਜਾ ਕੇ ਬਹਿ ਗਿਆ। ਅੱਛਾ, ਪਤਾ ਸਾਨੂੰ ਲੱਗ ਗਿਆ ਕਿ ਚਿਮਨੀ ਤੇ ਬਹਿ ਗਿਆ ਕਬੂਤਰ। ਅਸੀਂ ਗਏ, ਮੈਂ ਨਾਲ ਆਪਣੇ ਦੋਸਤ ਨੂੰ ਜਿਹਨਾਂ ਦਾ ਕਬੂਤਰ ਸੀ ਉਹਨੂੰ ਵੀ ਲੈ ਕੇ ਗਿਆ ਕਿ ਕਬੂਤਰ ਤੇਰਾ ਭਾਈ ਉੱਥੇ ਬੈਠਾ। ਜਦੋਂ ਉੱਥੇ ਗਏ ਕਬੂਤਰ ਵੀ ਉਡਾਇਆ, ਉਹਨੂੰ ਦਿਖਾਇਆ, ਉਹਨੇ ਕਿਹਾ ਮੇਰਾ ਕਬੂਤਰ ਨਹੀਂ ਹੈਗਾ ਇਹ। ਅੱਛਾ, ਕਬੂਤਰ ਉਹਦਾ ਚਿਮਨੀ ਤੋਂ ਉੱਡਿਆ, ਸਾਡਾ ਇੱਕ ਦੋਸਤ ਸੀ ਉਹਦੀ ਛੱਤ ਤੇ ਜਾ ਕੇ ਬਹਿ ਗਿਆ। ਜਾਣੀ ਉਹਦੀ ਹਾਲਤ ਇੰਝ ਦੀ ਸੀ ਕਿ ਉਹ ਮਰ ਗਿਆ, ਬਹਿੰਦਾ ਹੀ ਮਰ ਗਿਆ, ਪਤਾ ਨਹੀਂ ਕੀ ਚੀਜ਼ ਉਹਨੂੰ ਦਿੱਤੀ ਗਈ ਆ। ਅਤੇ ਉਹ ਸ਼ਾਮ ਤੱਕ ਬੰਦਾ ਉੱਤੇ ਨੂੰ ਹੀ ਉਂਗਲੀ ਕਰੀ ਰੱਖਿਆ ਜੀ, ਮੇਰਾ ਉਹ ਬਰੀਕ ਖੜਾ ਵਾ। ਉੱਧਰੋਂ ਦੜਾ ਮੁੱਕ ਗਿਆ, ਉਹਨੂੰ ਫਿਰ ਵੀ ਪੁੱਛਿਆ, ਉਹਨੇ ਫਿਰ ਵੀ ਕਹੀ ਗਿਆ ਮੇਰਾ ਉੱਪਰ ਖੜਾ ਵਾ ਕਬੂਤਰ। ਮਰਿਆ ਫਿਰ ਉਹਨੂੰ ਦਿੱਤਾ ਜੀ, ਅਸੀਂ ਇਸ ਨੀਅਤ ਨਾਲ ਹੀ ਰੱਖਿਆ ਸੀ ਕਿ ਅਸੀਂ ਉਹਦਾ ਕਬੂਤਰ ਸਾਨੂੰ ਚਾਹੀਦਾ, ਕਬੂਤਰ ਤਾਂ ਉਦੋਂ ਹੀ ਮਰ ਗਿਆ ਸੀ। ਫਿਰ ਉਹਨੂੰ ਦਿਖਾਇਆ ਵੀ ਯਾਰ ਦੋਸਤਾ ਇੱਦਾਂ ਨਹੀਂ ਕਰੀਦਾ ਹੁੰਦਾ, ਜਦੋਂ ਤੇਰੀ ਇੱਕ ਕਬੂਤਰ ਹੈ ਹੀ। ਹਾਂਜੀ, ਜਿਹੜੇ ਉੱਦਾਂ ਦੇ ਫਰਾਡੀ ਉਹ ਵੀ ਆ, ਜੇ ਤੇ ਬਾਕੀ ਫਤਿਹ ਉਹਨੂੰ ਮਿਲਦੀ ਆ ਜਿਹੜਾ ਇੱਥੋਂ ਸਾਫ, ਜਿਹੜਾ ਦਿਲੋਂ ਸਾਫ ਆ। ਭਾਈ ਨਿਮਤਾਬਾ ਸਾਡੇ ਦੋ ਪੁਆਇੰਟ ਇਸ ਤਰ੍ਹਾਂ ਦੇ ਸੀ ਕਿ ਜਿਹੜੇ ਅਸੀਂ ਨਿਦਰੇ ਜਿੱਤਦੇ ਸਾਂ, ਨਿਮਤਾਬਾ ਸਾਡੇ ਦੋ ਪੁਆਇੰਟ ਇਸ ਤਰ੍ਹਾਂ ਦੇ ਜਿਹੜੇ ਅਸੀਂ ਨਿਦਰੇ ਜਿੱਤਦੇ ਸਾਂ। ਸਾਡਾ ਟਾਈਮ ਹੁੰਦਾ ਸੀ ਮਸਾਂ 12 ਤੋਂ 2 ਦਿਨਾਂ, 2:07 ਮਿੰਟਾਂ ਦੇ ਆ ਗਿਆ ਐਂਡ ਫਾਈਨਲ ਉਹ ਰਹਿ ਗਿਆ। ਸਾਨੂੰ ਉਹਨੇ 7 ਮਿੰਟ ਨਹੀਂ ਦਿੱਤੇ ਗਏ, ਕਲੀਅਰ ਵੀ ਅਸੀਂ ਕਰਾ ਦਿੰਦੇ, ਨੀਚੇ ਆਏਗਾ ਅਸੀਂ ਕਰਾਂਗੇ, ਨੀਚੇ ਆਉਣ ਕੇ ਕਰੇਗਾ। ਦੂਸਰਾ ਪੱਠਾ ਵੀ ਇਸੇ ਤਰ੍ਹਾਂ ਕੀਤੀ ਸਾਹਮਣੇ ਮੋਟਰਸਾਈਕਲ ਵਾਲੇ ਪੁਆਇੰਟ 'ਚ ਵੀ, ਉਹ ਵੀ ਇਸੇ ਤਰ੍ਹਾਂ ਅਸੀਂ 2:10-15 ਮਿੰਟਾਂ 'ਤੇ ਆ ਗਏ, ਲੇਕਿਨ ਨਹੀਂ ਉਹਨਾਂ ਨੇ ਸਾਹਮਣੇ ਕਬੂਤਰ ਫਿਰ ਕੱਢਦੇ ਗਏ। ਅੱਛਾ ਉਸਤਾਦ ਜੀ, ਪਹਿਲੇ ਆਪਣੇ ਨੀਵੀਂ ਦੇ ਕਬੂਤਰਾਂ ਦੇ ਵਿੱਚ ਅਕਸਰ ਹੁੰਦਾ ਸੀ ਘੰਟੇ ਦਾ ਟਾਈਮ ਹੁੰਦਾ ਸੀ, ਪਹਿਲੇ ਘੰਟੇ ਦਾ ਹੁੰਦਾ, ਹੁਣ ਜ਼ਿਆਦਾ ਇਲਾਕਿਆਂ ਦੇ ਵਿੱਚ ਅਸੀਂ ਵੀ ਇੱਥੇ, ਜਾਣੀ ਕਿ ਸਾਡੀ ਵੀ ਕੋਸ਼ਿਸ਼ ਹੁੰਦੀ ਹੈ ਕਿ ਕਿਸੇ ਨਾਲ ਜ਼ਿਆਦਤੀ ਨਾ ਹੋਵੇ, 2 ਘੰਟੇ ਦਾ ਟਾਈਮ ਹੋਣਾ ਚਾਹੀਦਾ। ਲੇਕਿਨ 2 ਘੰਟੇ ਦਾ ਟਾਈਮ ਕਾਫੀ ਹੁੰਦਾ ਵਾ ਮੇਰਾ ਖਿਆਲ, ਜਿਹਨੇ 2 ਘੰਟੇ ਦੇ ਵਿੱਚ ਜਾਣਾ ਵਾ ਕਬੂਤਰ ਨੇ ਉਹਨੇ ਆ ਹੀ ਜਾਣਾ। ਹਾਂਜੀ ਆ ਜਾਣਾ, ਜਿਹੜਾ ਨਹੀਂ ਵੀ 2 ਘੰਟਿਆਂ ਦੇ ਵਿੱਚ ਵੀ ਨਹੀਂ ਆਉਂਦਾ ਉਹਨੂੰ ਮੇਰਾ ਖਿਆਲ ਆ ਕੱਟ ਦੇਣਾ ਚਾਹੀਦਾ ਵਾ। ਕਬੂਤਰ ਵੀ ਸਾਹਮਣੇ ਫਿਰਦਾ, ਹੁਣ ਸਾਡਾ ਕਬੂਤਰ ਸੀ ਨਿਮਤਾ ਪਤਾ ਭਾਈ ਜ਼ਿਕਰੀਆ ਦਿਖਾ ਵੀ ਰਿਹਾ ਉਹਨਾਂ ਨੂੰ, ਹਾਂਜੀ, ਤੇ ਬੰਦੇ ਕਹਿੰਦੇ ਨਹੀਂ ਇਹ ਨੀ, ਉਹ ਕੱਟ ਦਿੱਤਾ। ਮੈਂ ਉਹੋ ਹੀ ਬੰਦੇ ਇੱਕ ਮਹੀਨੇ ਬਾਅਦ ਗਰੁੱਪਾਂ 'ਚ ਗੱਲਾਂ ਕਰ ਰਹੇ ਆ, 1:22 ਦੇ ਸਾਹਮਣੇ ਆ ਗਿਆ ਸੀ ਉਹ ਜਿਹੜੇ ਕੱਟਣ ਵਾਲੇ ਲੋਕ, ਇਹ ਸ਼ਿਕਾਰੀ ਦੇ ਜਿਹੜਾ ਮੇਰੇ ਟਾਈਮ 'ਚ ਹਰਾਇਆ ਕਿਸੇ ਨੂੰ ਵੀ। ਮਿਹਨਤ ਕਰੋ, ਕੋਸ਼ਿਸ਼ ਕਰੋ ਉਹਨੂੰ ਹਰਾਉਣ ਦੀ, ਨਾ ਕਿ ਉਹਨੂੰ ਵਿਚਾਰੇ ਨੂੰ ਉਹਦੇ ਮੁਖਾਲਫ ਹੋ ਜਾਂਦੇ ਆ, ਮੁਖਾਲਫ ਹੋ ਜਾਂਦੇ ਆ, ਉਹਦੇ ਨਾਲ ਪਿਆਰ ਕਰਨਾ ਚਾਹੀਦਾ ਯਾਰ, ਇਹ ਸਾਡਾ ਭਰਾ ਵਾ, ਚੰਗਾ ਸ਼ੌਕ ਕਰਦਾ। ਜੇ ਇੱਕ ਬੰਦਾ 2 ਦੜੇ ਜਿੱਤਦਾ ਵਾ ਤੀਸਰੇ ਦੜੇ ਦੇ ਵਿੱਚ, ਉਹਦੇ ਸਾਰੇ ਮੁਖਾਲਫ ਹੋ ਜਾਂਦੇ, ਪਿੰਡ ਦੇ ਮੁਖਾਲਫ ਹੋ ਜਾਂਦਾ। ਉਹਨੇ ਉਹਦੀ ਇੱਕ ਗੱਲ ਮੈਨੂੰ ਬੜੀ ਚੰਗੀ ਲੱਗੀ, ਉਹਨੇ ਕਿਹਾ ਜੀ ਜਿਹੜਾ ਕਹਿੰਦਾ ਵਾ ਨਾ ਮੇਰਾ ਉਹ ਉੱਪਰ ਖੜਾ ਵਾ, ਉਹਨੂੰ ਕੋਈ 10,000 ਰੁਪਇਆ ਇੱਥੇ ਜਮ੍ਹਾਂ ਕਰਾ ਦੇ, ਜੇ ਤਾਂ ਭਾਈ ਤੇਰਾ ਉੱਪਰ ਆ ਗਿਆ 10,000 ਆਪਣਾ ਲੈ ਜੀ, ਜੇ ਤੇਰਾ ਨਾ ਆਇਆ 10,000 ਕੋਈ ਨੀ ਮਿਲਣਾ ਤੈਨੂੰ। ਸ਼ਾਮ ਨੂੰ ਕਬੂਤਰ ਸਾਈਡ ਤੋਂ ਵੀ ਆ ਸਕਦਾ ਜੀ, ਉੱਚਾ ਹੋ ਕੇ ਬਹਿ ਜਾਂਦੇ, ਕਬੂਤਰ ਟਾਵਲਾਂ ਦੇ ਬਹਿ ਕੇ ਬਹਿ ਜਾਂਦੇ, ਦਰਖਤਾਂ ਦੇ ਬਹਿ ਜਾਂਦੇ, ਉੱਡ ਕੇ ਆ ਜਾਂਦੇ ਕਬੂਤਰ, ਬਾਅਦ ਚ ਫਿਰ ਨਾਲ ਲੱਗ ਜਾਂਦੇ ਆ ਕੇ ਕਬੂਤਰਾਂ ਦੇ। ਹਾਂਜੀ, ਸ਼ੌਕ ਸਾਫ਼ ਸੁਥਰਾ ਹੋਣਾ ਚਾਹੀਦਾ ਆ ਜੀ, ਕਾਨੂੰਨ ਹੋਣਾ ਚਾਹੀਦਾ ਵਾ ਇਹਦੇ ਤੇ ਜੀ, ਕਾਨੂੰਨ ਬਣਨਾ ਚਾਹੀਦਾ ਵਾ, ਕੋਈ ਬੰਦੇ ਜਿਹੜਾ ਪਤਾ ਕਿਉਂ ਲਾਗੂ ਆ, ਹਾਂਜੀ, ਇਹੀ ਵਜ੍ਹਾ ਤੋਂ ਵੀ ਕਬੂਤਰ ਕਿਤੇ ਬਹਿ ਤੇ ਨਹੀਂ ਗਿਆ। ਹਾਂਜੀ, 2-2 ਘੰਟੇ ਬਾਅਦ ਜਾ ਕੇ ਟਾਈਮ ਲਾਓ, ਸਾਹਮਣੇ ਫਿਰ ਰਿਹਾ, ਬਿਲਕੁਲ ਚੜਾਈ ਦੇ ਹੁੰਦੇ ਨਾ, ਚਲੋ ਬੰਦ ਚੱਲ ਗਏ ਉਹਦੇ, ਉਹ ਵੀ ਉੱਤੋਂ ਹੁੰਦਾ ਹੀ ਪੱਕਾ ਲੈਂਦੇ ਆ, ਉਹਨਾਂ ਦਾ ਵੀ ਨੀਵਾਂ ਨਿਵਾਜ ਉਹ ਵੀ ਕੱਟ ਦਿੰਦੇ। ਤੁਸੀਂ ਉਸਤਾਦ ਰੱਖਣ ਦਾ ਮਕਸਦ ਹੀ ਇਹ ਆ, ਤੁਸੀਂ ਇਸ ਗੱਲ ਤੇ ਉਸਤਾਦ ਜੀ ਇਤਫਾਕ ਕਰਦੇ ਆ ਕਿ ਜਿਹੜਾ ਬੰਦਾ ਕਹਿੰਦਾ ਕਿ ਕਬੂਤਰ ਮੇਰਾ ਉੱਤੇ ਹੀ ਖੜਾ ਵਾ,
ਉਹਦੀ ਗੱਲ ਮੈਨੂੰ ਤੇ ਬੜੀ ਚੰਗੀ ਲੱਗੀ ਹੈ ਕਿ ਉਹਦੇ ਕੋਲ ਉਹਨੂੰ ਕਹੋ ਭਾਈ 10,000 ਰੁਪਇਆ ਕਮੇਟੀ ਨੂੰ ਜਮ੍ਹਾਂ ਕਰਾ ਜਾ, ਜੇ ਤੇਰਾ ਕਬੂਤਰ ਉੱਪਰ ਦੇਖੋ ਨਾ ਹੁਣ 10 ਕਬੂਤਰ ਹੈਗੇ ਆ। ਹਾਂਜੀ ਉਹ ਕਹਿੰਦਾ ਮੇਰਾ ਉੱਤੇ ਖੜਾ 9 ਕਬੂਤਰ ਥੱਲੇ ਫਿਰਦੇ ਆ। ਹਾਂਜੀ ਉਹਦਾ ਆ ਨਹੀਂ ਰਿਹਾ ਉੱਤੇ, 2 ਵਜ ਕੇ ਟਾਈਮ ਵੀ ਪੂਰਾ ਹੋ ਗਿਆ। ਹਾਂਜੀ ਉਹ 10,000 ਰੁਪਇਆ ਫੜਾ ਕੇ ਕਹਿੰਦਾ ਮੇਰਾ ਉੱਤੋਂ ਹੀ ਆਊਗਾ, ਉਹ ਹੋ ਸਕਦਾ 3 ਵਜੇ ਉੱਤੋਂ ਆ ਜਾਵੇ। 10,000 ਫੜਾ ਦਿੰਦਾ ਵਾ, ਬਾਕੀ ਬਹਿ ਜਾਂਦੇ ਉਹ ਕਿੰਨੇ ਬਹਿ ਕੇ ਹੀ ਆ ਜਾਂਦਾ, ਉਹ ਬਹਿ ਕੇ ਆ ਜਾਂਦਾ ਮੁੜ ਕੇ ਆ ਕੇ ਨਾਲ ਨੂੰ ਸ਼ਾਮਲ ਹੋ ਜਾਂਦਾ। ਫਿਰ ਆਪਾਂ ਕੀ ਕਰਾਂਗੇ? 10,000 ਨੂੰ ਕੀ ਕਰਾਂਗੇ ਮੈਨੂੰ ਦੱਸੋ। ਉਹਨੂੰ ਟਾਈਮ ਦੇ 2 ਵਜੇ ਪੂਰੇ ਕੱਟ ਦੇ, ਉਹਨੂੰ 10 ਮਿੰਟ ਉੱਤੇ ਦੇ ਦਿਓ, 20 ਮਿੰਟ ਦੇ ਦਿਓ ਉਹਨਾਂ ਯਾਰ, ਤੈਨੂੰ 20 ਮਿੰਟ ਦੇ ਦਿਓ ਨਾ, ਉਹਨਾਂ ਦੇ 13 ਆ ਨਾ। ਉਹ ਕਹਿੰਦਾ ਤੇਰਾ ਉੱਤੇ 10 ਮਿੰਟ ਉੱਤੇ ਲੈ ਲੈ, ਉੱਤੇ ਚਮਕਦਾ ਹੋਵੇ ਬੰਦੇ ਸ਼ਿਕਾਰੀ ਕਹਿਣ। ਹਾਂ ਉੱਤੇ ਕਬੂਤਰ ਨਜ਼ਰ ਆ ਰਹੇ ਆ, 4 ਫਿਰਦੇ ਆ। ਉਹ ਕਹਿੰਦਾ ਉਹਨਾਂ ਚਾਰਾਂ 'ਚ ਅਗਰ 13 ਆ ਗਿਆ ਤੇ ਪੱਕਾ, ਨਹੀਂ ਤੇ ਵਰਨਾ ਤੇਰੇ 20-25 ਮਿੰਟ ਤੇਰੇ ਕੋਲ ਹੈਗੇ ਆ ਉੱਤੇ, ਅਜ਼ਾਫੀ ਦੇ ਦਿਓ ਉਹਨੂੰ, ਬਾਅਦ 'ਚ ਕੱਟ ਦਿਓ, ਅੱਧਾ ਘੰਟਾ ਦੇ ਦਿਓ। ਸਹੀ ਆ 10,000 ਤਾਂ ਹਰ ਬੰਦੇ ਨੇ ਦੇ ਦੇਣਾ, ਕਬੂਤਰ ਉੱਤੇ ਹੀ ਹੁੰਦੇ ਆ। ਮੋੜ ਦੇ ਵਿੱਚ ਵੀ ਕਬੂਤਰ ਇੰਜ ਜਾ ਕੇ ਉੱਤੇ ਖਲੋਂਦਾ ਕੇ ਪਤਾ ਨਹੀਂ ਪਹਿਲੇ ਦੇ ਨਹੀਂ ਛੱਡਿਆ ਵਾ ਖਾਲੀ। ਪਹਿਲੇ ਉਸਤਾਦੀਆਂ ਹੋਰ ਸੀ, ਹਾਂਜੀ ਹੁਣ ਕਬੂਤਰ ਭਾਜੀ ਜਦੀਦ ਹੋ ਗਈ ਆ, ਹੁਣ ਮੈਡੀਸਨ ਦਾ ਦੌਰ ਆ, ਹਰ ਬੰਦਾ ਨੇ ਵੱਧ ਤੋਂ ਵੱਧ ਹੀ ਕਰਦਾ ਵਾ। ਅੱਛਾ ਉਸਤਾਦ ਜੀ, ਆ ਸ਼ਾਗਿਰਦਾਂ ਦੇ ਬਾਰੇ ਦੱਸੋ, ਇਹ ਸ਼ਾਗਿਰਦ ਨੂੰ ਉਸਤਾਦ ਨੂੰ ਵੀ ਚਾਹੀਦਾ ਕਿ ਸ਼ਾਗਿਰਦ ਦੇਖ ਸੋਚ ਸਮਝ ਕੇ ਕਰੇ ਸ਼ਾਗਿਰਦ ਨੂੰ, ਸ਼ਾਗਿਰਦ ਨੂੰ ਵੀ ਚਾਹੀਦਾ ਵਾ ਕਿ ਜੇ ਤੁਹਾਡਾ ਦਿਲ ਮੁਤਮੇਨ ਆ ਸਾਲ 2 ਸਾਲ ਉਸਤਾਦ ਦੇ ਨਾਲ ਚੱਲੋ, ਫਿਰ ਸ਼ਾਗਿਰਦ ਹੋਣਾ ਚਾਹੀਦਾ। ਹੁਣ ਅਸੀਂ ਬਹੁਤ ਸਾਰੇ ਦੋਸਤ ਦੇਖਦੇ ਹਾਂ ਜੀ, ਅੱਜ ਸ਼ਾਗਿਰਦ ਹੁੰਦੇ ਆ ਜੀ, ਹਫ਼ਤੇ ਕੁ ਬਾਅਦ ਉਹਨੇ ਅਸਤੀਫਾ ਦਿੱਤਾ ਹੁੰਦਾ। ਕਬੂਤਰ ਵੀ ਨਸਲੀ ਰੱਖੋ ਤੇ ਸ਼ਾਗਿਰਦ ਵੀ ਨਸਲੀ ਬਣਾਓ, ਦੇਖੋ ਵੀ ਕਿਹੜੇ ਖਾਨਦਾਨ ਦਾ ਕੌਣ ਆਇਆ, ਕਿੱਥੋਂ ਆਇਆ ਵਾ, ਇਹ ਪਹਿਲੇ ਤਾਂ ਨੀ ਕਿਤੇ ਉਸਤਾਦ ਨੂੰ ਅਸਤੀਫਾ ਦੇ ਕੇ ਆਇਆ, ਹੁਣ ਚੈੱਕ ਕਰੋ। ਫਿਰ ਉਸਤਾਦ ਦਾ ਕੰਮ ਆਪਣੇ ਸ਼ਾਗਿਰਦ ਨੂੰ ਨਾ ਇਲਮ ਦੱਸੇ, ਜਿਹੜਾ ਵੀ ਉਹਦੇ ਕੋਲ ਹੈਗਾ ਨਾ, ਪੁੱਤਰ ਇੱਦਾਂ ਕਰਨਾ, ਆ ਕਬੂਤਰ ਹੁਣ ਤੋਂ ਉੱਡ ਕੇ ਇਹਨੂੰ ਇੱਦਾਂ ਸਾਂਭਣਾ। ਫਿਰ ਕਈ ਉਸਤਾਦ ਨਾ ਸ਼ਾਗਿਰਦਾਂ ਨੂੰ ਲੁਕਾਉਂਦੇ ਆ ਚੀਜ਼ਾਂ, ਉਹੀ ਸ਼ਾਗਿਰਦ ਮੁੜ ਕੇ ਫਿਰ ਉਹਨਾਂ ਦੇ ਖਿਲਾਫ਼ ਹੋ ਜਾਂਦੇ। ਹਾਂਜੀ ਉਸਤਾਦ ਹੋਣਾ ਦੇ ਕਹਿਣ ਦਾ ਮਤਲਬ ਹੈ ਜੀ, ਉਸਤਾਦਾਂ ਨੂੰ ਵੀ ਦੇਖ ਸੋਚ ਕੇ ਬੱਚਾ ਸਕੂਲ ਦਾਖਲ ਕਰਾਉਂਦੇ ਆ। ਹਾਂਜੀ ਉਹ ਬੱਚਾ ਆਪਾਂ 6 ਮਹੀਨੇ ਵਾ, ਆਪਾਂ ਘਰ ਕੋਲ ਸਬਕ ਪੁੱਛਦੇ, ਉਹਨੂੰ ਆਉਂਦਾ ਹੀ ਨਹੀਂ। ਆਪਾਂ ਫਿਰ ਸਕੂਲ ਜਾਂਦੇ ਹਾਂ, ਟੀਚਰ ਨੂੰ ਪੁੱਛਦੇ, ਪ੍ਰਿੰਸੀਪਲ ਨੂੰ ਪੁੱਛਦੇ ਵੀ ਸਾਡੇ ਬੱਚੇ ਨੂੰ ਆਉਂਦਾ ਹੀ ਕੁਛ ਨਹੀਂ, ਜਿਹੜਾ ਉਹ ਫਿਰ ਉਸ ਟੀਚਰ ਨੂੰ ਆਵਾਜ਼ ਮਾਰੂ ਜਦੋਂ ਕੋਈ ਪੜ੍ਹਦਾ ਹੋ, ਵੀ ਇਹਨੂੰ ਤੁਸੀਂ ਪੜ੍ਹਾਉਂਦੇ ਨਹੀਂ ਇੱਦਾਂ। ਇਹੀ ਕੰਮ ਆ ਕਬੂਤਰਬਾਜ਼ੀ ਦੇ ਵਿੱਚ ਨਾ, ਜਿਹੜਾ ਸ਼ਾਗਿਰਦ ਦਾ ਉਸਤਾਦ ਕੋਲੋਂ ਪੁੱਛੇ, ਉਸਤਾਦ ਨੂੰ ਦੱਸੇ, ਸ਼ਾਗਿਰਦ ਤਾਂ ਫੇਰ ਹੀ ਹੈ ਨਾ, ਸ਼ਾਗਿਰਦ ਹੋਣ ਦਾ ਮਕਸਦ ਹੀ ਇਹ ਹੈ ਜੀ, ਵੀ ਕੋਈ ਸਿੱਖੇ ਤਾਂ ਸਿੱਖਣਾ। ਹੁਣ ਅੱਜ ਕੱਲ੍ਹ ਤਾਂ ਇਹ ਰਿਵਾਜ਼ ਬਣ ਗਿਆ ਵਾ, ਉਸਤਾਦ ਦੇਖਦਾ ਵਾ ਕਿ ਸ਼ਾਗਿਰਦ ਪੈਸੇ ਵਾਲਾ ਹੋਣਾ ਚਾਹੀਦਾ, ਕੁਛ ਲੱਭੂ ਕਿ ਨਹੀਂ ਲੱਭੂ। ਉਸਤਾਦ ਪਹਿਲੇ ਸਾਲ ਆਉਂਦਾ ਜੀ ਇਹ ਕੰਮ ਕਰਦਾ। ਮੈਂ ਸਾਰੇ ਉਸਤਾਦਾਂ ਦੀ ਗੱਲ ਨਹੀਂ ਕਰਦਾ ਜੀ, ਕੁਛ ਉਸਤਾਦ ਚਾਹੁੰਦਾ, ਬਲਕਿ ਕਈ ਲੋਕਾਂ ਨੇ ਤਾਂ ਕਾਰੋਬਾਰ ਬਣਾ ਲਿਆ, ਕਾਰੋਬਾਰ ਬਣਾ ਲਿਆ। ਕਈ ਲੋਕਾਂ ਨੇ ਉਸਤਾਦ ਦੇਖਦੇ ਆ ਕਿ ਸ਼ਾਗਿਰਦ ਅੱਛਾ ਹੋਣਾ ਚਾਹੀਦਾ, ਮਾਲਦਾਰ ਹੋਣਾ ਚਾਹੀਦਾ, ਤੇ ਕਈ ਸ਼ਾਗਿਰਦ ਵਿੱਚ ਹੀ ਜਾਂਦੇ ਆ, ਕਈ ਸ਼ਾਗਿਰਦ ਵੀ ਐਸੇ ਆ ਜੀ ਜਿਹੜੇ ਕਹਿੰਦੇ ਆ ਕਿ ਅਸੀਂ ਅੱਜ ਸ਼ਾਗਿਰਦ ਹੋਏ ਆ ਤੇ ਕੱਲ ਨੂੰ ਸਾਨੂੰ ਸਾਰਾ ਕੁਛ ਹੀ ਮਿਲ ਜਾਵੇ। ਕੋਈ ਕਬੂਤਰਾਂ ਕਰਕੇ ਸ਼ਾਗਿਰਦ ਹੁੰਦਾ, ਕੋਈ ਕਹਿੰਦਾ ਮੈਨੂੰ ਦਾਣਾ ਪਾਣੀ ਹੁਣ ਹੀ ਪਹਿਲੀ ਸਾਲ ਹੀ ਮਿਲ ਜਾਵੇ, ਉਹ ਕਾਮਯਾਬ ਨਹੀਂ ਹੁੰਦੇ ਲੋਕ ਕਦੀ ਕਾਮਯਾਬ ਨਹੀਂ। ਜੇ ਤੁਸੀਂ ਤੁਹਾਡੇ ਦਿਲ ਚ ਉਸਤਾਦ ਦਾ ਅਦਬ ਆ ਨਾ, ਇਹਤਰਾਮ ਆ, ਹਾਂਜੀ ਫੈਜ ਤੁਹਾਨੂੰ ਅੱਲਾ ਪਾਕ ਨੇ ਦੇਣਾ, ਤੁਹਾਨੂੰ ਇੱਜ਼ਤ ਅੱਲਾ ਨੇ ਦੇਣੀ ਹੈ, ਬਿਲਕੁਲ ਇਦਾਂ ਹੀ। ਤੁਸੀਂ ਆਪਣੇ ਮਾਂ-ਬਾਪ ਦੀ ਇੱਜ਼ਤ ਕਰਦੇ ਨਾ ਆਪਾਂ, ਬਿਲਕੁਲ ਉਹ ਸਿੱਧਾ ਅੱਲਾ ਦਿੰਦਾ ਆਪਾਂ, ਹਾਂਜੀ ਆਪਣੇ ਬੱਚੇ ਆਪਣੇ ਆਪਣੀ ਵੀ ਇੱਜ਼ਤ ਕਰਦੇ, ਹਾਂਜੀ ਇਸੇ ਤਰ੍ਹਾਂ ਤੁਸੀਂ ਅੱਜ ਕਿਸੇ ਉਸਤਾਦ ਦੀ ਇੱਜ਼ਤ ਕਰੋਗੇ ਨਾ, ਆਪਣੇ ਦੀ ਵੀ ਦੂਸਰੇ ਦੀ ਵੀ, ਤੁਹਾਡੀ ਵੀ ਲੋਕ ਇੱਜ਼ਤ ਕਰੋ, ਬਿਲਕੁਲ। ਮੈਨੂੰ ਯਾਦ ਆਉਂਦਾ ਮੇਰੇ ਤਲੀ ਦਾ ਕੋਲ, ਅਗਰ ਇੱਜ਼ਤਦਾਰ ਬਣਨਾ ਨਾ ਤੁਸੀਂ, ਹਾਂਜੀ ਦੂਸਰਿਆਂ ਦੀ ਇੱਜ਼ਤ ਕਰੋ, ਬਿਲਕੁਲ ਤੁਸੀਂ ਇੱਜ਼ਤਦਾਰ ਬਣ ਜਾਓਗੇ। ਸਹੀ ਜਦੋਂ ਮੈਂ ਤੇਰੀ ਇੱਜ਼ਤ ਦੇਖਣੀ, ਮੇਰੀ ਕਿੱਦਾਂ ਤੂੰ ਕਰਦੇ ਇੱਦਾਂ ਹੀ ਆ ਜੀ। ਆਪਨੇ ਫਿਰ ਤਾਂ ਫਰਮਾਇਆ, ਆਪਨੇ ਕਿਹਾ ਅਗਰ ਇੱਜ਼ਤਦਾਰ ਬਣਨਾ ਨਾ ਤੇ ਦੂਸਰਿਆਂ ਦੀ ਇੱਜ਼ਤ ਕਰੋ। ਜਿਹੜਾ ਸ਼ਾਗਿਰਦ ਹੁੰਦਾ ਆ ਉਸਤਾਦ ਜੀ, ਉਹ ਔਲਾਦ ਦੀ ਤਰ੍ਹਾਂ ਹੀ ਹੁੰਦਾ ਵਾ, ਹਾਂਜੀ, ਕਿਉਂਕਿ ਜਿਹੜਾ ਉਸਤਾਦ ਹੁੰਦਾ ਬਾਪ ਦੀ ਤਰ੍ਹਾਂ ਹੀ ਆ। ਆਪਣੇ ਸ਼ਾਗਿਰਦਾਂ ਤੋਂ ਕੋਈ ਸ਼ਿਆ ਨੀ ਲੁਕੋਈ ਕਦੇ, ਬਿਲਕੁਲ ਮਾਸ਼ਾਅੱਲਾ। ਜਦੋਂ ਮੇਰੇ ਕੋਲ ਬਿਲਕੁਲ ਅਣਜਾਣ ਸੀ, ਹਾਂਜੀ ਬਹੁਤ ਅੱਛੇ ਕਬੂਤਰ ਉਡਾਉਂਦਾ ਜੀ, ਬੜਾ ਨਾਮ ਆ ਉਹਦਾ, ਹਾਂਜੀ ਬਿਲਕੁਲ ਇਸੇ ਤਰ੍ਹਾਂ ਹੀ, ਉਹ ਮੇਰੇ ਨਾਲੋਂ ਵੀ ਜ਼ਿਆਦਾ ਕਬੂਤਰ, ਉਧਰ ਸ਼ੌਕ ਜ਼ਿਆਦਾ, ਹਾਂਜੀ ਸਾਡੇ ਨਾਲੋਂ ਵੀ ਜ਼ਿਆਦਾ ਸ਼ੌਕ ਕਰਦਾ, ਬਹੁਤ ਅੱਛਾ ਸ਼ੌਕ ਕਰਦਾ ਹੈ ਜੀ, ਜਾਣਦੇ ਆ ਜੀ ਅਸੀਂ ਵੀ ਉਸਤਾਦ ਨੂੰ ਦੱਸਣ ਬੰਦਾ, ਹਾਂਜੀ ਕਦੇ ਉਹਨੇ ਕਿਸੇ ਦੀ ਵਕਤੋਈ ਨਹੀਂ ਮੇਰੇ ਕੋਲ ਬੈਠ ਕੇ ਕੀਤੀ ਇੱਥੇ, ਹਾਂਜੀ ਉਹ ਫਲਾਨਾ ਇਦਾਂ ਨਹੀਂ, ਉਹਨੇ ਆਪਣੇ ਮਤਲਬ ਦੀ ਗੱਲ ਕਰਨੀ ਹੈ ਬਸ, ਸਹੀ ਇੰਨਾ ਕੁ ਰਹਿਣਾ ਜਿੰਨਾ ਕੁ ਹੈਗਾ।
ਉਸਤਾਦ ਤਾਂ ਜੀ ਅੱਜ ਕੱਲ੍ਹ ਉਸਤਾਦ ਜੀ ਐਤਕੀ ਸ਼ਾਗਿਰਦ ਹੁੰਦਾ ਵਾ, ਹਫ਼ਤੇ ਕੁ ਬਾਅਦ ਅਸਤੀਫਾ ਹੋਇਆ ਹੁੰਦਾ, ਅਗਲੇ ਸਾਲ ਬਾਜ਼ੀਆਂ ਲੱਗੀਆਂ ਹੁੰਦੀਆਂ ਉਸਤਾਦ ਸ਼ਾਗਿਰਦ ਦੀ। ਹਾਂ ਹੁਣ ਇੱਦਾਂ ਹੀ ਆਹ ਕੋਈ ਚੱਲ ਰਿਹਾ, ਇਸਤੀਫੇ ਵੀ ਉਹਨਾਂ ਉਸਤਾਦਾਂ ਨੂੰ ਹੁੰਦੇ ਨਾ ਜਿਹੜੇ ਕਹਿੰਦੇ ਆ ਵੀ ਉਸਤਾਦ ਨੂੰ ਵੀ ਸ਼ਾਗਿਰਦ ਫੇਰੀ ਕਰਨਾ ਚਾਹੀਦਾ ਵਾ। ਹੁਣ ਮੈਂ ਸ਼ਾਗਿਰਦ ਕੀਤੇ ਹੁੰਦੇ ਨਾ, ਅੱਜ ਮੇਰਾ 100 ਸ਼ਾਗਿਰਦ ਹੋਣਾ। ਇਹ ਤਾਂ ਨੀ ਵੀ ਕੋਈ ਮਠਿਆਈ ਦਾ ਡੱਬਾ ਲੈ ਗਿਆ ਤੇ ਸ਼ਾਗਿਰਦ ਹੋ ਗਿਆ ਜੀ। ਤੇ ਇਹ ਵਾ ਵੀ ਅੱਜ ਉਸਤਾਦ ਜਿੱਤਨ ਦਿਆ ਵਾ, ਇਹਦੇ ਪਿੱਛੇ ਕੱਲ ਉਸਤਾਦ ਹਾਰ ਗਿਆ ਤੇ ਉਧਰ ਪਿੱਛੇ ਇਦਾਂ ਹੀ ਕਰਦੇ ਜ਼ਿੰਦਗੀ ਦੇ ਵਿੱਚ ਨਾ। ਤਕਰੀਬਨ ਇਦਾਂ ਬੰਦੇ ਜ਼ਿਆਦਾ ਵਾ, ਹਾਰ ਪਹਿਲੇ ਆ ਜੀ। ਹਾਂਜੀ ਹਾਰ ਪਹਿਲੇ, ਲੇਕਿਨ ਆਪਣੇ ਆਪ ਨੂੰ ਮਜ਼ਬੂਤ ਕਰਕੇ ਇੱਕ ਜਗ੍ਹਾ ਤੇ ਤੁਸੀਂ ਬਹਿ ਜਾਓਗੇ ਤੇ ਕਾਮਯਾਬ ਹੋ ਜਾਓਗੇ। ਬਿਲਕੁਲ ਜੀ, ਜੇ ਤੁਸੀਂ ਇੱਧਰ ਦਲਬਦਲ ਧੱਕੇ ਖਾਓਗੇ ਤੇ ਕਾਮਯਾਬੀ ਨਹੀਂ ਹੈ। ਉਹ ਮੇਰੇ ਕੋਲ ਕਾਫੀ ਮੁੰਡੇ ਇੱਥੇ ਆਏ ਆ, ਮਠਿਆਈਆਂ ਦੇ ਡੱਬੇ ਵੀ ਲੈ ਕੇ ਸ਼ਾਗਿਰਦ ਨੂੰ, ਨਹੀਂ ਕੀਤੇ ਮੈਂ। ਮੈਂ ਉਹਨੂੰ ਕਹਿੰਦਾ ਯਾਰ ਤੁਸੀਂ ਪਹਿਲੇ ਮੈਨੂੰ ਦੇਖੋ ਤਾਂ ਸਹੀ, ਕਿ ਮੈਨੂੰ ਪਤਾ ਵੀ ਹੈ ਕਿਤੇ ਗੱਲ ਦਾ। ਤੂੰ ਮੇਰਾ ਸ਼ਾਗਿਰਦ ਜਿਵੇਂ ਕੱਲ੍ਹ ਮੈਂ ਤੇਰੀਆਂ ਬਾਜ਼ੀਆਂ ਲਾਵਾਂ, ਮੈਂ ਹਾਰ ਜਾਵਾਂ। ਤੂੰ ਕਹਿੰਦਾ ਯਾਰ ਸਾਹ ਨੂੰ ਪਤਾ ਹੀ ਨਹੀਂ ਕੋਈ, ਉਹ ਤਾਂ ਯਾਰ ਉਹ ਫਲਾਣਾ ਸਾਹ ਬੜੇ ਚੰਗੇ ਕਬੂਤਰਾ, ਮੈਨੂੰ ਸੇਵਾ ਦੇ ਕੇ ਦੁੱਧ ਚੱਲ ਜਾਵੇ। ਉਹਦੇ 'ਚ ਮੇਰੀ ਵੀ ਨਿਕਾਤੀ ਹੈ, ਉਹਦੀ ਵੀ। ਕੁਛ ਲੋਕ ਵੈਸੇ ਬਿਹਤਰ ਪਹਿਲੇ ਦੇਖੋ ਭੱਜ ਪੈਂਦੇ ਉਸਤਾਦ ਮਗਰ, ਕੁਛ ਦੇਖਣਾ ਵੀ ਉਹ। ਅੱਛਾ ਦੋਸਤੋ, ਮਾਸ਼ਾਅੱਲਾ ਉਸਤਾਦ ਲਿਆਕੇ ਨੇ ਬਹੁਤ ਅੱਛੀ ਗੱਲ ਕਹੀ ਆ, ਤੇ ਅਸੀਂ ਵੀਡੀਓ ਖਤਮ ਕਰਦੇ ਹਾਂ, ਕਾਫੀ ਲੰਬੀ ਬਣ ਗਈ ਆ। ਤੇ ਉਸਤਾਦ ਹੁਣਾਂ ਦੇ ਕਬੂਤਰ ਦਾ ਤੁਹਾਨੂੰ ਸ਼ੌਕ ਕਰਵਾਉਂਦੇ ਹਾਂ, ਤੇ ਯਾਰ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਆ ਕਰੋ। ਤੁਹਾਡੇ ਸਬਸਕ੍ਰਾਈਬ ਕਰਨਾ ਸਾਡਾ ਹੌਸਲਾ ਵਾਧਾ ਵਾ। ਤੇ ਬਾਕੀ ਅਸੀਂ ਮਜ਼ੀਦ ਤੁਹਾਡੇ ਕੋਲ ਜਿੰਨੀ ਜਲਦੀ ਹੋ ਸਕੇ ਕਿਸੇ ਹੋਰ ਉਸਤਾਦ ਦਾ ਇੰਟਰਵਿਊ ਲੈ ਕੇ ਤੁਹਾਡੀ ਖਿਦਮਤ 'ਚ ਹਾਜ਼ਰ ਹੋਵਾਂਗੇ। ਸਾਨੂੰ ਦਿਓ ਇਜਾਜ਼ਤ, ਅੱਲਾਹ ਹਾਫਿਜ਼।